अपने प्यारे सूबे नूं ते इत्थों दे लोकां दे हितां दे विरुद्ध काम करन वालियां दुष्ट ताकतां दे चंगुल चों पंजाब नूं छडाउण लई जो भी करना पिया करांगे। हैशटैग कांग्रेस ही आएगी। ते ए असी नहीं कह रहे, ए कह रही आ इंडियन नैशनल कांग्रेस पंजाब दे पेज तों जारी कीती एक पोस्ट, जिस दे विच एक वीडियो जारी कीती गई है। ते उस दे विच पंजाब कांग्रेस दे चेहरियां नूं बहुत शक्तिशाली दिखाया गया है। ते एडिट करके यह क्लिप जिहड़ा बनाया गया है, ये हॉलीवुड मूवी एवेंजर दे एक क्लिप नूं एडिट करके उस दे उत्ते पंजाब दे लीडरां दे चेहरे ला के क्लिप बनाया होया। पहला तुसीं ये क्लिप देख लो। ਕਿੱਥੇ ਨੇ ਕੇਜਰੀਵਾਲ ਤੇ ਮੋਦੀ? ਸੋ ਤੁਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਹਾਲੀਵੁੱਡ ਮੂਵੀ ਦੇ ਇੱਕ ਕਲਿੱਪ ਨੂੰ ਇੱਕ ਵੀਡੀਓ ਨੂੰ ਐਡਿਟ ਕਰਕੇ ਉਸਦੇ ਉੱਤੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਦੇ ਚਿਹਰੇ ਚਿਪਕਾ ਕੇ ਇੱਕ ਕਲਿੱਪ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਭ ਤੋਂ ਜ਼ਿਆਦਾ ਆਕਰਸ਼ਣ ਦਾ ਕੇਂਦਰ ਰਹਿੰਦੇ ਨੇ, ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਦਿਖਾਈ ਦਿੰਦੇ ਨੇ। ਉਸ ਦੇ ਨਾਲ ਹੀ ਉਹਨਾਂ ਦੇ ਪਿੱਛੇ ਸੁਨੀਲ ਜਾਖੜ ਦਿਖਾਈ ਦਿੰਦੇ ਨੇ, ਉਸ ਦੇ ਨਾਲ ਨਵਜੋਤ ਸਿੰਘ ਸਿੱਧੂ ਜ਼ਮੀਨ ਦੇ ਉੱਤੇ ਲੇਟੇ ਹੋਏ ਦਿਖਾਈ ਦਿੰਦੇ ਨੇ, ਅਤੇ ਪ੍ਰਤਾਪ ਬਾਜਵਾ ਵੀ ਵਿੱਚ ਜ਼ਮੀਨ ਤੋਂ ਉੱਠਦੇ ਹੋਏ ਨਜ਼ਰ ਆਉਂਦੇ ਨੇ। ਅਤੇ ਰਾਹੁਲ ਗਾਂਧੀ ਹੋਰਾਂ ਨੂੰ ਇੱਕ ਸ਼ਕਤੀਸ਼ਾਲੀ ਲੋਹੇ ਦੇ ਸੂਟ ਦੇ ਵਿੱਚ ਦਿਖਾਇਆ ਗਿਆ। ਅਤੇ ਜਦੋਂ ਇਹ ਵੀਡੀਓ ਆਰੰਭ ਹੁੰਦੀ ਹੈ ਤਾਂ ਇਹ ਸਾਰੇ ਜਿਹੜੇ ਯੋਧੇ ਦਿਖਾਏ ਗਏ ਨੇ, ਤਾਂ ਇਹ ਫਿਰ ਕਹਿੰਦੇ ਨੇ ਕਿ ਕਿੱਥੇ ਹੈ ਮੋਦੀ ਅਤੇ ਕੇਜਰੀਵਾਲ। ਉਸ ਤੋਂ ਬਾਅਦ ਇੱਕ ਬਲਾਸਟ ਹੁੰਦਾ ਜਿਸ ਦੇ ਵਿੱਚੋਂ ਸਾਰੇ ਵਿਰੋਧੀ ਨੇਤਾ ਜਿਹੜੇ ਹੈਗੇ ਨੇ ਉਹਨਾਂ ਦੇ ਸਿਰ ਜਿਹੜੇ ਖਿੰਡਦੇ ਹੋਏ ਨਜ਼ਰ ਆਉਂਦੇ ਨੇ। ਇਸ ਤਰ੍ਹਾਂ ਦੀ ਇੱਕ ਵੀਡੀਓ ਪੰਜਾਬ ਕਾਂਗਰਸ ਵੱਲੋਂ ਜਿਹੜਾ ਉਹਨਾਂ ਦਾ ਪੇਜ ਹੈਗਾ ਉਹਦੇ ਉੱਤੋਂ ਜਾਰੀ ਕੀਤੀ ਗਈ ਹੈ। ਪਰ ਜੇਕਰ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਹੋਰਾਂ ਦੀ, ਜਿਨ੍ਹਾਂ ਨੂੰ ਇਸ ਵੀਡੀਓ ਦੇ ਵਿੱਚ ਸ਼ਕਤੀਸ਼ਾਲੀ ਦਿਖਾਇਆ ਗਿਆ, ਤਾਂ ਪਿਛਲੇ ਦਿਨੀ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਤੁਹਾਡੇ ਕੁਝ ਕਰੀਬੀ ਲੋਕ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਅਗਲੀ ਵਾਰ ਵੀ ਹੋਵੋ, ਤਾਂ ਉਹਨਾਂ ਨੇ ਹੱਥ ਜੋੜ ਕੇ ਕਿਹਾ ਸੀ, ਭਰਾਵਾ ਕਿਉਂ ਮੈਨੂੰ ਮਰਵਾਉਂਦੇ ਹੋ, ਮੈਂ 3 ਮਹੀਨਿਆਂ ਦੇ ਵਿੱਚ ਹੀ ਸਵਾਦ ਦੇਖ ਲਿਆ, ਕਿਉਂ ਮੈਨੂੰ ਮਰਵਾਉਣਾ ਚਾਹੁੰਦੇ ਹੋ। ਕੁਝ ਅਜਿਹੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਪੱਤਰਕਾਰ ਦੇ ਸਵਾਲ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ ਸੀ। ਅਤੇ ਇੱਕ ਵਾਰੀ ਤੁਸੀਂ ਇਹ ਵੀ ਵੀਡੀਓ ਦੇਖ ਲਓ। ਚੰਨੀ ਸਾਹਿਬ, ਤੁਹਾਡੇ ਕੁਝ ਸਾਥੀ ਡਿਮਾਂਡ ਕਰ ਰਹੇ ਨੇ, ਕਹਿੰਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਜਾਵੇ, ਬ੍ਰਹਮਿੰਦਰਾ ਨੇ ਹਾਈਕਮਾਨ ਨੂੰ ਓਪਨ ਚਿੱਠੀ ਲਿਖਤੀ, ਹੋਰ ਵੀ ਬਹੁਤ ਸਾਰੇ ਰਹਿਣ ਦੇ 3 ਮਹੀਨੇ ਬਣ ਕੇ ਹੀ ਬਹੁਤ ਕੁਝ ਪਾ ਲਿਆ ਯਾਰ, ਨੁਕਸਾਨ ਇੰਨਾ ਕਰ ਰਹੇ ਮੇਰਾ, ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ ਦੇ ਹੱਦ ਹੋ ਗਈ ਯਾਰ। ਸੋ ਤੁਸੀਂ ਦੇਖਿਆ ਕਿ ਇਸ ਵੀਡੀਓ ਦੇ ਵਿੱਚ ਸ਼ਕਤੀਸ਼ਾਲੀ ਚਿਹਰੇ ਦੇ ਰੂਪ ਦੇ ਵਿੱਚ ਦਿਖਾਏ ਚਰਨਜੀਤ ਸਿੰਘ ਚੰਨੀ ਪੱਤਰਕਾਰ ਦੇ ਸਵਾਲ ਦੇ ਉੱਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਦੇ ਨਜ਼ਰ ਆਏ ਸੀ। ਅਤੇ ਇੱਕ ਫੋਟੋ ਹੋਰ ਇਸੇ ਪੇਜ ਤੋਂ ਪਹਿਲਾਂ ਵੀ ਜਾਰੀ ਕੀਤੀ ਗਈ ਸੀ, ਨਵੀਂ ਸੋਚ ਨਵਾਂ ਪੰਜਾਬ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਤਿੰਨਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸੀ। ਅਤੇ ਇਹ ਵੀ ਚਰਚਾ ਚੱਲੀ ਸੀ ਕਿ ਪੰਜਾਬ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਦੇ ਆਉਣ ਵਾਲੇ ਮੁੱਖ ਮੰਤਰੀ ਦੇ ਜਿਹੜਾ ਚਿਹਰਾ ਹੋਏਗਾ ਉਸਦਾ ਇੱਕ ਹਿੰਟ ਇਹਨਾਂ ਤਸਵੀਰਾਂ ਦੇ ਵਿੱਚੋਂ ਦਿੱਤਾ। ਅਤੇ ਇਸ ਦੇ ਉੱਤੇ ਪ੍ਰਤੀਕਿਰਿਆ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਸ ਫੋਟੋ ਦੇ ਵਿੱਚ ਦਿਖਾਈ ਦੇਣ ਵਾਲੇ 3 ਚਿਹਰਿਆਂ ਨੂੰ ਬਾਂਦਰ ਵੀ ਕਹਿ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਉਹ ਕਲਿੱਪ ਵੀ ਤੁਸੀਂ ਦੇਖ ਲਓ। ਤੁਸੀਂ, ਮੈਂ ਅੱਜ ਨਵੇਂ ਬੋਰਡ ਦੇਖੇ ਹੈ, ਹੁਣ 3 ਦੀਆਂ ਫੋਟੋਆਂ ਲਾ ਦੀਆਂ, ਜਿਵੇਂ 3 ਬਾਂਦਰ ਹੁੰਦੇ ਸੀ, ਬਾਪੂ ਦੇ 3 ਬਾਂਦਰ, ਗਾਂਧੀ ਜੀ ਦੇ, ਉਹ 3 ਬਾਂਦਰਾਂ ਵਾਂਗੂ ਮੈਂ ਫੋਟੋਆਂ ਲਾਈਆਂ ਇਹਨਾਂ ਦੀਆਂ। ਅੱਛਾ, ਗੱਲ ਵੱਡੀ ਹੈ ਕਿ ਉਹ 3 ਇੱਕ ਦੂਜੇ ਨੂੰ ਮਾਰਨ ਨੂੰ ਫਿਰਦੇ ਆ, ਜੇ ਉਹਨਾਂ ਨੂੰ ਫੜ ਕੇ ਰੱਖਿਆ ਪਿੱਛੋਂ ਉਹਨਾਂ ਨੇ ਸੋਨੀਆ ਗਾਂਧੀ ਨੇ, ਨਹੀਂ ਹੱਥ ਵੀ ਲੱਤਾਂ ਹੀ ਬੰਨੀਆਂ ਇਹਨਾਂ ਦੀਆਂ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਕਾਂਗਰਸ ਵੱਲੋਂ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਉਸਦੇ ਵਿੱਚ ਪੰਜਾਬ ਕਾਂਗਰਸ ਦੇ ਚਿਹਰਿਆਂ ਨੂੰ ਸ਼ਕਤੀਸ਼ਾਲੀ ਦਿਖਾਇਆ ਗਿਆ, ਅਤੇ ਉਹਨਾਂ ਦੇ ਜਿਹੜੇ ਓਪੋਜ਼ਿਟ ਹੈਗੇ ਨੇ, ਜਿਹੜੇ ਉਹਨਾਂ ਦੇ ਵਿਰੋਧੀ ਲੀਡਰ ਨੇ, ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਨੂੰ ਜਾਂ ਉਹਨਾਂ ਦੇ ਸਿਰਾਂ ਨੂੰ ਉੱਡਦੇ ਪੁੱਡਦੇ ਦਿਖਾਇਆ ਗਿਆ। ਪਰ ਦਰਸ਼ਕਾਂ ਦੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹ ਫਿਰ ਵੱਖਰੀਆਂ ਵੱਖਰੀਆਂ, ਤੁਸੀਂ ਇਸ ਪੇਜ 'ਤੇ ਜਾ ਕੇ ਵੀ ਪੜ੍ਹ ਸਕਦੇ ਹੋ। ਅਤੇ
ਤੁਸੀਂ ਇਸ ਦੇ ਬਾਰੇ ਵਿੱਚ ਕੀ ਸੋਚਦੇ ਹੋ? ਆਪਣੀ ਪ੍ਰਤੀਕਿਰਿਆ ਜਿਹੜੀ ਹੈਗੀ ਹੈ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ।